ਹੈਗੀਆਂ ਅਸੀਂ ਸਤਿਕਾਰ ਯੋਗ ਸ਼ਖਸ਼ੀਅਤ ਆ ਇੱਥੇ ਬੈਠੀਆਂ ਹੋਈਆਂ ਨੇ ਔਰ ਅੱਜ ਦੇ ਇਸ ਦਿਨ ਦੇ ਉੱਪਰ ਮੈਂ ਸਭ ਤੋਂ ਪਹਿਲਾਂ ਤਾਂ ਮੁਬਾਰਕਬਾਦ ਦੇਵਾਂਗੀ ਸੋਸ਼ਲ ਵਰਕਰ ਐਸੋਸੀਏਸ਼ਨ ਔਰ ਉਸ ਦੇ ਨਾਲ ਰਣਜੀਤ ਜਵੈਲਰਸ ਜਿਹਨਾਂ ਦੀ ਪਾਰਟੀਸਪੇਸ਼ਨ ਹੈਗੀ ਇਸ ਪਾਰਕ ਨੂੰ ਬਣਾਉਣ ਦੇ ਵਿੱਚ ਪਹਿਲਾਂ ਤਾਂ ਮੈਂ ਜਿਨ੍ਹਾਂ ਨੇ ਇੰਨੀਆਂ ਐਫਰਟਸ ਕੀਤੀਆਂ ਸੋਸ਼ਲ ਵਰਕਰ ਐਸੋਸੀਏਸ਼ਨ ਰਣਜੀਤ ਜਵੈਲਰਸ ਔਰ ਸਾਰੇ ਮਲੋਟ ਦੇ ਸੂਝਵਾਨ ਜਿਹੜੇ ਮੇਰੇ ਸ਼ਹਿਰ ਨਿਵਾਸੀ ਆ ਉਹਨਾਂ ਦਾ ਧੰਨਵਾਦ ਕਰਨਾ ਚਾਹਾਂਗੀ ਕਿਉਂਕਿ ਇੱਕ ਚੰਗੀ ਸੋਚ ਦੇ ਨਾਲ ਜੁੜੇ ਆ ਔਰ ਮੈਂ ਆਪਣੇ ਵੱਲੋਂ ਵੀ ਇਹ ਕਹਾਂਗੀ ਕਿ ਜਿੱਥੇ ਕਿਤੇ ਮੇਰੀ ਲੋੜ ਹੈ ਉੱਥੇ ਮੈਂ ਇਸ ਸੋਚ ਦੇ ਨਾਲ ਖੜੀ ਹਾਂ। ਮੈਡਮ ਜਿੱਥੇ ਕਿ ਵਾਤਾਵਰਨ ਤੁਸੀਂ ਲੋੜ ਦੇ ਵਿੱਚ ਧਾਰਨ ਕੀਤੀ ਉੱਥੇ ਪੰਜਾਬ ਸਰਕਾਰ ਨੂੰ ਜਿਹੜਾ ਪਰਾਲੀ ਸਾੜਨ ਦੇ ਫਿਰ ਮੁੱਦਾ ਉਠਾਇਆ ਗਿਆ ਸੁਪਰੀਮ ਕੋਰਟ ਨੇ ਜਵਾਬ ਮੰਗਿਆ। ਦੇਖੋ ਜੀ ਮੈਨੂੰ ਪਤਾ ਹੈ ਕਿ ਪਰਾਲੀ ਸਾੜਨ ਦਾ ਮੁੱਦਾ ਅੱਜ ਦਾ ਨਹੀਂ ਹੈ, ਪੁਰਾਣਾ ਮੁੱਦਾ ਹੈ ਔਰ ਅਸੀਂ ਸੌਰਟ ਆਊਟ ਕਰਨ ਲਈ ਬਹੁਤ ਸਾਰੇ ਉਪਰਾਲੇ ਕਰ ਰਹੇ ਹਾਂ। ਮਲੋਟ ਵਿੱਚ ਵੀ ਮੈਂ ਦੇਖ ਰਹੀ ਸੀ ਵੀ ਕਿੱਥੇ ਇਹਨੂੰ ਸੌਰਟ ਆਊਟ ਕੀਤਾ ਜਾਵੇ, ਅਸੀਂ ਸੇਤੀਆ ਮਿਲਸ ਨਾਲ ਵੀ ਗੱਲਬਾਤ ਕੀਤੀ ਸੀ। ਸੋ ਉਹਦੇ ਵਿੱਚ ਅਸੀਂ ਇਕੱਲਾ ਕਿਸਾਨਾਂ ਨੂੰ ਵੀ ਬਲੇਮ ਨਹੀਂ ਕਰ ਸਕਦੇ ਕਿਉਂਕਿ ਜਿੰਨੀ ਦੇਰ ਉਹਦਾ ਕੋਈ ਪ੍ਰੋਪਰ ਹੱਲ ਨਹੀਂ ਨਿਕਲਦਾ ਉਨੀ ਦੇਰ ਕਿਸੇ ਨੂੰ ਬਲੇਮ ਕਰਨਾ ਵੀ ਔਖਾ ਹੈ। ਬਾਕੀ ਐਫਰਟਸ ਜਾਰੀ ਹੈ ਵੀ ਕੋਈ ਨਾ ਕੋਈ ਹੱਲ ਇਹਦਾ ਨਿਕਲ ਆਉਂਦਾ। ਜਿਵੇਂ ਤੁਸੀਂ ਹੱਲ ਦੀ ਗੱਲ ਕੀਤੀ ਹੈ, ਸੁਪਰੀਮ ਕੋਰਟ ਤੋਂ ਵਾਰ ਵਾਰ ਇਹ ਚੈਲੇਂਜ ਕਰ ਰਹੀ ਹੈਗੀ ਵੀ ਇਹਦਾ ਕੋਈ ਹੱਲ ਕੱਢਿਆ ਜਾਵੇ, ਪਰ ਹੱਲ ਕਦੋਂ ਤੱਕ ਨਿਕਲੇਗਾ? ਦੇਖੋ ਹੱਲ ਕੱਢਣਾ ਇਕੱਲੀ ਸਰਕਾਰ ਦੇ ਵੱਸ ਨਹੀਂ, ਅਸੀਂ ਸਾਇੰਟਿਸਟ ਦਾ ਓਪੀਨੀਅਨ ਲੈਣਾ ਹੁੰਦਾ ਸਾਰਾ ਕੁਛ। ਸਰਕਾਰ ਕਦੇ ਵੀ ਟਿਕ ਕੇ ਨਹੀਂ ਬੈਠੀ, ਅਸੀਂ ਹਮੇਸ਼ਾ ਇਸ ਮੁੱਦੇ ਦੇ ਉੱਪਰ ਕੰਮ ਕਰਨ ਲਈ ਤਤਪਰ ਹਾਂ ਔਰ ਕੱਢਾਂਗੇ। ਸੁਪਰੀਮ ਕੋਰਟ ਦਾ ਵੀ ਉਹਦਾ ਅਧਿਕਾਰ ਹੈ ਕਿ ਸਾਨੂੰ ਵਾਰ ਵਾਰ ਅਵੇਅਰ ਕਰਨਾ, ਚੈਲੰਜ ਕਰਨਾ। ਸੋ ਅਸੀਂ ਮਲੋਟ ਦਾ ਇੱਕ ਨੌਜਵਾਨ ਹੈ ਜੀ ਪਰਨਮ ਮੁੰਜਾਲ, ਉਹ ਤਕਰੀਬਨ 3-4 ਸਾਲ ਤੋਂ ਬਿਮਾਰੀ ਨਾਲ ਪੀੜਤ ਹੈ। ਕੱਲ੍ਹ ਦੀ ਕੰਪੇਨ ਚੱਲੀ ਸੋਸ਼ਲ ਮੀਡੀਆ 'ਤੇ, ਉਹਦੀ ਸਪੋਰਟ ਦੇ ਵਿੱਚ ਤਕਰੀਬਨ 1.5 ਕਰੋੜ ਖਰਚਾ ਹੈ ਉਹਦਾ। ਹੈਦਰਾਬਾਦ 'ਚ ਟ੍ਰੀਟਮੈਂਟ ਦਾ, ਕਈ ਸੰਸਥਾਵਾਂ ਵੀ ਅੱਗੇ ਆਈਆਂ ਜਿਹੜੀ 50 ਲੱਖ ਰੁਪਏ ਇੱਕ ਦਿਨ 'ਚ। ਕੋਈ ਗੱਲ ਨਹੀਂ, ਜਿੱਥੇ ਕਿਤੇ ਮੇਰੀ ਲੋੜ ਹੈ ਮੈਂ ਉਹਦੇ 'ਚ ਕੰਟਰੀਬਿਊਟ ਕਰ ਦੇਵਾਂਗੀ, ਕੋਈ ਗੱਲ ਨਹੀਂ। ਸਾਡਾ ਫਰਜ਼ ਬਣਦਾ ਆਪਣੇ ਬੱਚਿਆਂ ਲਈ ਕੰਮ ਕਰਨਾ, ਜਿੱਥੇ ਕਹਾਂਗੇ ਮੈਂ ਕੰਟਰੀਬਿਊਟ। ਮੈਡਮ ਪੰਜਾਬ ਸਰਕਾਰ ਦੇ ਵਿੱਚ 4 ਵਾਰੀ ਫੇਰ ਬਦਲ ਹੋਇਆ ਹੈਗਾ, ਵਿਰੋਧੀ ਧਿਰ ਕਹਿ ਰਹੇ ਹੈਗੇ ਸਮੇਂ ਸਮੇਂ ਬਦਲਦੇ ਜਾ ਰਹੇ ਹੈਗੇ, ਕੀ ਕਹਿਣਾ? ਦੇਖੋ ਵਿਰੋਧੀ ਧਿਰ ਨੇ ਤਾਂ ਕਹਿਣਾ ਹੀ ਹੈ, ਅਸੀਂ ਕਿਹੜਾ ਉਹਨਾਂ ਵਾਂਗੂ 70 ਸਾਲਾਂ ਦੇ ਕੁਰਸੀਆਂ ਫੜੀ ਬੈਠੇ ਹਾਂ। ਬਾਕੀ ਅਸੀਂ ਸਾਰੇ ਅਰਵਿੰਦ ਕੇਜਰੀਵਾਲ ਜੀ ਦੀ ਫੌਜ ਹਾਂ, ਭਗਵੰਤ ਮਾਨ ਜੀ ਦੀ ਫੌਜ ਆ, ਸਾਨੂੰ ਜਿੱਥੇ ਵੀ ਬਿਠਾਉਣਗੇ ਅਸੀਂ ਕੰਮ ਕਰਾਂਗੇ। ਇਹਦੇ ਵਿੱਚ ਕੁਰਸੀਆਂ ਦੇ ਨਾਲ ਜੁੜੇ ਰਹਿਣਾ ਸਾਡਾ ਮੰਤਵ। ਕੀ ਇਹ ਲੱਗਦਾ ਨਹੀਂ ਵੀ 92 MLA ਹੈਗੇ, 92 MLA ਨੂੰ ਮੰਤਰੀ ਬਣਾਇਆ ਜਾਊਗਾ? ਦੇਖੋ ਅਸੀਂ ਤਾਂ ਕਹਿੰਦੇ ਕਿ ਸਾਰੇ ਹੀ ਮੰਤਰੀ ਆ, ਆਪਣੇ ਹਲਕੇ ਦੇ ਵਿੱਚ ਸਾਰੇ ਮੰਤਰੀ ਔਰ ਮਾਨ ਸਾਹਿਬ ਕਹਿੰਦੇ ਹੁੰਦੇ ਸਾਰੇ ਹੀ ਮੁੱਖ ਮੰਤਰੀ ਆ। ਸੋ ਇਹ ਮੰਤਰੀ ਬਣਨਾ ਜਾਂ ਨਾ ਬਣਨਾ ਕੋਈ ਕਿਸਾਨ ਲਗਾਤਾਰ ਸੰਘਰਸ਼ 'ਤੇ ਸੀਗੇ, 3 ਕਾਨੂੰਨ ਵਾਪਸ ਵੀ ਲੜੇ, ਹੁਣ ਕੰਗਣਾ ਨੇ ਫਿਰ ਇੱਕ ਬਿਆਨ ਦਿੱਤਾ ਹੈ ਕਿ ਉਹ ਕਾਨੂੰਨ ਫਿਰ ਵਾਪਸ ਲੈਣੇ ਚਾਹੀਦੇ ਆ। ਮੈਨੂੰ ਲੱਗਦਾ ਇਹਦੇ ਵਿੱਚ ਕੰਗਣਾ ਦੀ ਥੋੜ੍ਹੀ ਜਿਹੀ ਮੈਡੀਕਲ ਚੈੱਕਅਪ ਦੀ ਜ਼ਰੂਰਤ ਹੈ।